ਮੈਂ ਪਹਿਲੇ ਮੋਟਾ ਤੇ ਮੈਂ ਆਪਦਾ ਭਾਰ ਘਟਾਉਣਾ ਹੈ ਤਾਂ ਤੁਰਨ ਵੇਲੇ ਮੈਂ ਖਿਆਲ ਰੱਖੂ ਕਿ ਮੈਂ ਸੱਜਾ ਪੈਰ ਪਹਿਲਾਂ ਸੱਜਾ ਅਗੇ ਚੱਕਾਂ ਜੀ ਤਾਂ ਮੋਟੇ ਬੰਦੇ ਨੇ ਸਿੱਖਿਆ ਨੇ ਭਾਈ ਤੁਸੀਂ ਜਦੋਂ ਵੀ ਤੁਰਨਾ ਹੈ ਸੱਜਾ ਪੈਰ ਪਹਿਲਾਂ ਚੱਕ ਕੇ ਤੁਰਨਾ ਹੈ ਤਾਂ ਪੈਰਾਂ ਨਾਲ ਵੀ ਫਰਕ ਪੈਂਦਾ ਜਦੋਂ ਸੱਜੇ ਖੱਬੇ ਦਾ ਵੀ ਤੇ ਸੱਜਾ ਖੱਬਾ ਰੱਬ ਨੇ ਤਾਂ ਹੀ ਬਣਾਇਆ ਨਾ ਸਰੀਰ ਦਾ ਸੱਜਾ ਹਿੱਸਾ ਦਿਮਾਗ ਤੇ ਖੱਬੇ ਹਿੱਸੇ ਨਾਲ ਜੁੜਿਆ ਹੋਇਆ ਹੈ ਜੀ ਸਰੀਰ ਦਾ ਖੱਬਾ ਇਸਾ ਸੱਜੇ ਨਾਲ ਜੁੜਿਆ ਹੋਇਆ ਤੇ ਨੰਗੇ ਪੈਰੀ ਤੁਰਨਾ ਕਿੱਥੇ ਚਾਹੀਦੇ ਮਿੱਟੀ ਤੇ ਘਾਹ ਤੇ ਦੇਖੋ ਸਭ ਤੋਂ ਜ਼ਿਆਦਾ ਚੰਗਾ ਹੁੰਦਾ ਹੈ ਕਿ ਉਹ ਮਿੱਟੀ ਤੇ ਤੁਰੇ ਕਿਉਂਕਿ ਮਿੱਟੀ ਦੇ ਵਿੱਚੋਂ ਸਾਰੇ ਤੱਤ ਹੁੰਦੇ ਆ ਜਿਹੜੇ ਸਾਡੇ ਸਰੀਰ ਦੇ ਵਿੱਚ ਹੁੰਦੇ ਆ ਤੁਸੀਂ ਆਇਓ ਤੁਮਾ ਮਗਰ ਤਾਂ ਆਪਣੇ ਆਪ ਹੀ ਸੋਡੀ ਢੂਹੀਏ ਜਿਹੜੀ ਇਹ ਸਿੱਧੀ ਹੁੰਦੀ ਜਾਊਗੀ ਤੇ ਜਿਸ ਬੰਦੇ ਦੀ ਵੀ ਢੂਈ ਚ ਦਰਦ ਹੈ ਜਿਸ ਬੰਦੇ ਨੂੰ ਕੋਪ ਹੈ ਜਿਹਨੂੰ ਅਸੀਂ ਕਹਿੰਦੇ ਵੀ ਡਿਸਕਾਂ ਹਿੱਲ ਗਿਆ ਆਪਰੇਸ਼ਨ ਕਰਨੇ ਪੈਣਗੇ ਜੀ ਠੀਕ ਹੈ ਤਾਂ ਉਹਨੂੰ ਜਿੰਨਾ ਪਿੱਛੇ ਤੁਰ ਸਕੇ ਉਹ ਨਾਲ ਜਿਆਦਾ ਚੰਗਾ ਹੈ ਥਾਇਰੋਇਡ ਦੀ ਬਿਮਾਰੀ ਹੈ ਜੀ ਗਲੇ ਚ ਬਿਮਾਰੀਆਂ ਹੁੰਦੀਆਂ ਅਸੀਂ ਕਹਾਂਗੇ ਬਾਬਾ ਤੂੰ ਸੱਜਾ ਪੈਰ ਪਹਿਲਾਂ ਚੱਕ ਕੇ ਤੁਰ ਗਲੇ ਤੱਕ ਦਾ ਸਬੰਧ ਹੈ ਤੁਰਨਾ ਦਿਮਾਗ ਨਾਲ ਸੰਬੰਧ ਹੈ ਦਿਮਾਗ ਦੀਆਂ 72 ਕਰੋੜ 72 ਹਜ਼ਾਰ ਨਾੜਾਂ ਹੁੰਦੀਆਂ ਉਹ ਪਹਿਲਾਂ ਨਾਲ ਹੀ ਜੁੜੀਆਂ ਹੋਈਆਂ ਹਨ। ਤਾਂ ਤੁਰੰਗਾ ਤਰੀਕਾ ਸਹੀ ਕਿਹੜਾ ਏ? ਸਭ ਤੋਂ ਸਹੀ ਤਰੀਕਾ ਤੇ ਹੈ ਵਿਦਿਆਨ ਚ ਘੱਟੋ ਘਟਦਾ ਘੰਟਾ ਪੌਣਾ ਘੰਟਾ ਹਰ ਬੰਦੇ ਨੂੰ ਨੰਗੇ ਪੈਰੀ ਤੁਰਨਾ ਚਾਹੀਦਾ ਹੈ ਮਿੱਟੀ ਤੇ। ਜੇ ਨੰਗੇ ਪੈਰੀ ਨਹੀਂ ਤੁਰ ਸਕਦੇ ਤਾਂ ਹਲਕੀ ਜੁੱਤੀ ਪਾ ਲਵੋ। ਪੁੱਲ ਕੀ ਵੀ ਸੈਂਡਲ ਤੇ ਚੱਪਲ ਨਹੀਂ ਪਾਉਣਾ ਇਹਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਅੱਜ ਪਹੁੰਚੇ ਆਂ ਆਪਾਂ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਭਦੌੜ ਤੇ ਗੱਲਬਾਤ ਕਰਾਂਗੇ ਅੱਜ ਆਪਾਂ ਤੁਰਨ ਦੇ ਤਰੀਕੇ ਦੇ ਬਾਰੇ ਜੇ ਤੁਰਨ ਦਾ ਤਰੀਕਾ ਤੁਹਾਡਾ ਗਲਤ ਹੈ ਤਾਂ ਉਹਦੇ ਕੀ ਬੁਰੇ ਪ੍ਰਭਾਵ ਪੈਂਦੇ ਨੇ ਸਰੀਰ ਤੇ ਇਹਦੇ ਬਾਰੇ ਗੱਲਬਾਤ ਕਰਦੇ ਆਂ ਆਪਾਂ ਅੱਜ ਡਾਕਟਰ ਗੁਰਮੇਲ ਸਿੰਘ ਵਿਰਖ ਦੇ ਨਾਲ ਸਵਾਗਤ ਹੈ ਡਾਕਟਰ ਸਾਹਿਬ ਜੀ ਹਨ ਜੀ ਇਹ ਤੁਰਨ ਦਾ ਤਰੀਕਾ ਗਲਤ ਹੋਵੇ ਜੀ ਕੀ ਪ੍ਰਭਾ ਪੰਜਾ ਦੀ ਕੋਈ ਵੀ ਚੀਜ਼ ਹੈ ਜਿਹੜੀ ਗਲਤ ਹੈ ਜੀ ਉਹਦਾ ਅਸਰ ਮਾਣੇ ਪੈਣਾ ਤੇ ਗੱਲ ਤੁਲਨ ਦੀ ਕਰੀਏ ਤੇ ਗਲਤ ਤੁਰਾਂਗੇ ਤਾਂ ਸਰੀਰ ਨੂੰ ਤੇ ਦਿਮਾਗ ਨੂੰ ਬਿਮਾਰੀਆਂ ਲੱਗਣਗੀਆਂ ਜੀ ਤੇ ਤੁਰ ਬੰਦੂ ਤੁਰੂ ਬੰਦਾ ਤਾਂ ਜਿਹੜੀਆਂ ਦੋਨੇ ਲੱਤਾਂ ਹੈ ਇਹ ਦੋਨੇ ਲੱਤਾਂ ਦੇ ਵਿੱਚ ਕੋਈ ਗੜਬੜਾ ਤਾਂ ਬੰਦਾ ਤੁਰੂ ਕਿਉਂ ਤੁਰੂ ਤਾਂ ਗਲਤ ਤੁਰੂ ਤੋਦੀ ਸਜ਼ਾ ਵੀ ਮਿਲੂ ਤੇ ਜੇ ਆਪਾਂ ਦੋਨੇ ਲੱਤਾਂ ਹੋਣ ਦੇ ਬਾਵਜੂਦ ਵੀ ਗਲਤ ਤੁਰਾਂਗੇ ਜੀ ਕੁਦਰਤ ਦੇ اصولਾਂ ਦੇ ਉਲਟ ਚੱਲਾਂਗੇ ਤਾਂ ਉਸ ਹਿਸਾਬ ਨਾਲ ਤੁਮਾਰੀਆਂ ਲੱਗਣਗੀਆਂ ਲੱਗਣਗੀਆਂ ਕੀ ਹੁੰਦੀ ਹੈ ਮਲੂ ਗਲਤ ਤੁਰਨ ਦੇ ਨੁਕਸਾਨ ਦੋਨੋਂ ਦੇ ਤਾਂ ਹਮੇਸ਼ਾ ਫਾਇਦੇ ਹੁੰਦੇ ਹੁੰਦੇ ਆ ਨੁਕਸਾਨ ਨਹੀਂ ਹੁੰਦੇ ਹੁੰਦੇ ਹਾਂ ਜੇ ਗਲਤ ਤੁਰਾਂਗੇ ਇਰੇ ਜਿਸ ਹਿਸਾਬ ਦਾ ਗਲਤੀ ਨਾਲ ਤੁਰਦਾ ਹੋ ਉਸ ਹਿਸਾਬ ਦੀ ਉਸ ਨੂੰ ਕੁਦਰਤ ਸਜ਼ਾ ਦਿੰਦੀ ਰਹਿੰਦੀ ਹੈ ਜਿਸ ਤਰ੍ਹਾਂ ਕਬ ਪਾ ਕੇ ਤੁਰੋਂਗੇ ਸੋਡੀ ਰੀੜ ਦੀ ਹੱਡੀ ਦੇ ਮੰਨ ਕੇ ਜਿਹਨੂੰ ਬੈਕਬੋਨ ਕਹਿੰਦੇ ਆ ਬਾਟੀਪੁਰਾ ਕਹਿੰਦੇ ਆ ਉਹਦੇ ਨਾਲ ਬਿਮਾਰੀਆਂ ਲੱਗ ਜਾਂਦੀਆਂ ਗਿਆ ਨਿਮੀ ਪਾ ਕੇ ਤੁਰਨ ਦੇ ਨਾਲ ਟੇਢੇ ਹੋ ਕੇ ਤੁਰੋਂਗੇ ਤੁਹਾਡੇ ਸਰੀਰ ਦਾ ਇੱਕ ਪਾਸੇ ਦਾ ਬੈਲੈਂਸ ਹਿਲ ਜੂ ਦਿਮਾਗ ਦਾ ਵੀ ਇੱਕ ਪਾਸੇ ਦਾ ਬੈਲੈਂਸ ਹਿਲ ਜਾਂਦਾ ਹੈਗਾ ਤੇ ਦਿਮਾਗ ਦੇ ਇੱਕ ਪਾਸੇ ਦਾ ਬਲੈਂਸ ਢਿੱਲ ਗਿਆ ਤਾਂਨੇ ਕੰਬਾਰੀਆਂ ਲੱਗੀਆਂ ਤੁਰਨ ਵੇਲੇ ਆਪਣੇ ਪੈਰ ਧਰਤੀ ਨਾਲ ਲੱਗਦੇ ਆ ਜੀ ਤਾਂ ਪੈਰ ਸਭ ਤੋਂ ਸਲੇ ਧਰਤੀ ਨਾਲ ਲੱਗਦੇ ਆ ਨਾ ਜੀ ਤੇ ਜੇਹੀ ਤੁਰਨ ਵੇਲੇ ਆਪਾਂ ਪਲਾਸਟਿਕ ਦੇ ਚੱਪਲਾਂ ਪਾ ਕੇ ਤੁਰ ਜਾਈਏ ਤੇ ਜਿਹੜਾ ਧਰਤੀ ਦਾ ਚੁੰਬਕੀ ਕਰੰਟ ਹੈ ਮੈਗਨੇਟਿਕ ਕਰੰਟ ਉਹ ਸਾਡੇ ਸਰੀਰ 'ਚ ਨਹੀਂ ਪਹੁੰਚੂਗਾ ਜੀ ਤੇ ਜਦੋਂ ਦਿਮਾਗ ਦੇ ਸਰੀਰ 'ਚ ਚੁੰਬਕੀ ਕਰੰਟ ਨਹੀਂ ਪਹੁੰਚੂਗਾ ਤਾਂ ਸਾਡੇ ਸਰੀਰ ਦਾ ਜਿਹੜਾ ਕਰੰਟ ਹੁੰਦਾ ਹੈ ਉਹ ਬਿਲੈਂਸੇ ਲ ਜਾਂਦਾਗਾ ਸੁਣ ਸਾਇਦ ਨਹੀਂ ਪਤਾ ਹੋਣਾ ਆਪਣੇ ਸਰੀਰ ਚ ਦੋ ਤਰ੍ਹਾਂ ਦੀ ਕਰੰਟ ਹੁੰਦੀ ਹੈ ਇੱਕ ਚੁੰਬਕ ਦਾ ਇੱਕ ਬਿਜਲੀ ਦਾ ਜੀ ਤੁਸੀਂ ਕਹੋਗੇ ਕਰੰਟ ਕਿੱਥੋਂ ਹੁੰਦੇ ਆ ਤੇ ਜਦੋਂ ਵੀ ਕੋਈ ਬਿਜਲੀ ਵਾਲਾ ਮਕੈਨਿਕ ਆਪਣੇ ਘਰ ਚ ਆਉਂਦਾ ਤੇ ਉਹਨੇ ਜਦੋਂ ਬਿਜਲੀ ਦੀ ਕੋਈ ਚੀਜ਼ ਚੈੱਕ ਕਰਨੀ ਹੁੰਦੀ ਤਾਂ ਆਪਦੇ ਪੈਰਾਂ ਚ ਕੀ ਪਾਉਂਦਾ ਚੱਪਲ ਜੀ ਤਾਂ ਕਿ ਬਿਜਲੀ ਵਾਲਾ ਕਰੰਟ ਥੱਲੇ ਧਰਤੀ ਦੇ ਚੁੰਬਕ ਤੇ ਨਾ ਜਾਵੜੇ ਜੀ ਤੇ ਆਪਾਂ ਚੰਗੇ ਭਲੇ ਬੰਦੇ ਵੀ ਜੁੱਤੀ ਪਾਉਣ ਦੀ ਨੰਗੇ ਪੈਰੀ ਤਨ ਦੀ ਵਿਜੇ ਪਲਾਸਟਿਕ ਦੇ ਚੱਪਲੇ ਪਾ ਕੇ ਤੁਰਦੇ ਆ ਤੇ ਜਿਹੜਾ ਬੰਦਾ ਪਲਾਸਟਿਕ ਦੇ ਚੱਪਲਾ ਪਾ ਕੇ ਪਹੁੰਚਦਾ ਉਹ ਨੂੰ ਧਰਤੀ ਦਾ ਚੁੰਬਕੀ ਕਰੰਟ ਮਿਲਦਾ ਨਹੀਂ ਅਨੇਕਾਂ ਬਿਵਾਰੀਆਂ ਲੱਗ ਜਾਂਦੀਆਂ ਹਾਂ ਜੀ ਸਮਝਾਂਗੇ ਬਿਲਕੁਲ ਜੀ ਫਿਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਆਪਾਂ ਸੱਜਾ ਪੈਰ ਪਹਿਲਾਂ ਚੱਕਣਾ ਹੈ ਖੱਬਾ ਚੱਕਣਾ ਹੈ ਜਦੋਂ ਕਿ ਅੱਗੇ ਵਧਣ ਵੇਲੇ ਜੇ ਕੋਣ ਆਪਾਂ ਤੁਰੇ ਜਾਂਦੇ ਆ ਤਾਂ ਆਪਾਂ ਦੇਖ ਕੇ ਮੜਾ ਜਾ ਉਧਰ ਤੁਹਾਡੇ ਪਿੱਛੇ ਮਿੱਟੀ ਆ ਗਈ ਭਾਈ ਤਸੀਂ ਕੋਣ ਆਪਾਂ ਤੁਰੇ ਜਾਂਦੇ ਆ ਤਾਂ ਤੁਰਨ ਵੇਲੇ ਅਗਰ ਆਪਣਾ ਸੱਜਾ ਪੈਰ ਪਹਿਲਾਂ ਚੱਕਾਂਗੇ ਜੀ ਸਰ ਤਾਂ ਆਪਣੇ ਸਰੀਰ ਦਾ ਬਲੈਂਸ ਹਿਲਦਾ ਹੈ ਤੇ ਕਈ ਵਾਰੀ ਕੀ ਹੁੰਦਾ ਆਪਾਂ ਖੱਬਾ ਪੈਰ ਪਹਿਲਾਂ ਚੱਕ ਲੈਂਦੇ ਆ ਉਹ ਹਮੇਸ਼ਾ ਹੀ ਨੁਕਸਾਨ ਕਰਦਾ ਹੈ ਤਾਂ ਪੈਰਾਂ ਦਾ ਵੀ ਫਰਕ ਪੈਂਦਾ ਜੀ ਮਤਲਬ ਸੱਜੇ ਖੱਬੇ ਦਾ ਵੀ ਤੇ ਸੱਜਾ ਖੱਬਾ ਰੱਬ ਨੇ ਤਾਂ ਹੀ ਬਣਾਇਆ ਨਾ ਸਰੀਰ ਦਾ ਸੱਜਾ ਹਿੱਸਾ ਦਿਮਾਗ ਦੇ ਖੱਬੇ ਹਿੱਸੇ ਨਾਲ ਜੁੜਿਆ ਹੋਇਆ ਹੈ ਜੀ ਸਰੀਰ ਦਾ ਖੱਬਾ ਹਿੱਸਾ ਸੱਜੇ ਨਾਲ ਜੁੜਿਆ ਹੋਇਆ ਹੈ ਤੇ ਆਪਣੀ ਖੋਪੜੀ ਜਿਹਦਾ ਦਿਮਾਗ ਹੈ ਇਹਨੂੰ ਦੋ ਹਿੱਸਿਆਂ ਚ ਵੰਡ ਲਏ ਜੀ ਸੱਜਾ ਤੇ ਖੱਬਾ ਅਸੀਂ ਡਾਕਟਰ ਉਸਨੂੰ ਸੈਰੀਬਰਲ ਹੈਮਿਸਫੀਅਰ ਕਹਿੰਦੇ ਨੇ ਜੀ ਤੇ ਜੇ ਤੁਸੀਂ ਖੱਬਾ ਪੈਰ ਪਹਿਲਾਂ ਚੱਕੋਗੇ ਤਾਂ ਸੋਡਾ ਜਿਹੜੀ ਹੈ ਸਰੀਰ ਦੀ ਉਨੀ ਚੁਸਤੀ ਨਹੀਂ ਰਹਿਣੀ ਜਿੰਨੀ ਚਾਹੀਦੀ ਹੈ ਸੱਜੇ ਪੈਰ ਨਾਲ ਚੱਲਣ ਵੇਲੇ ਸਰੀਰ 'ਚ ਚੁਸਤੀ, ਫੁਰਤੀ, ਹੌਸਲਾ, ਦਲੇਰੀ ਤੇ ਖੱਬੇ ਨਾਲ ਤੁਰਨ ਵੇਲੇ ਸੁਸਤੀ ਵੀ ਆਉਗੀ ਤੇ ਮਨ ਉੱਪਰ ਨੀਰ ਚੜਾ ਮਤ ਨਹੀਂ ਜਾਊਗਾ। ਮੋਟਾਪੇ ਵਾਲ ਜਾਊਗਾ। ਜੇ ਆਪਾਂ ਅਧਿਆਤਮ ਖੇਤ ਨੂੰ ਛੱਡ ਗਏ। ਜੀ। ਸੱਜੇ ਪੈਰ ਤੋਂ ਨਾਲੇ ਬੰਦੇ ਦਾ ਵਜਨ ਉਹਨਾਂ ਨਹੀਂ ਵੱਧਾ ਜਿੰਨਾ ਖੱਬੇ ਪੈਰ ਤੋਂ ਨਾਲ ਆਉਂਦਾ। ਜੀ। ਯਾਨੀ ਮੋਟਾ ਬੰਦਾ ਕੋਈ ਹੋ ਗਿਆ। ਅਸੀਂ ਕਹਾਂਗੇ ਬਾਬਾ ਸੱਜੇ ਪੈਰ ਤੇ ਤੁਰਿਆ ਕਰ। ਜੇ ਕੋਈ ਮੋਟਾ ਹੈ। ਉਹਨੂੰ ਪਤਲਾ ਕਰਨਾ ਅਸੀਂ ਕਹਿੰਨਾ ਸੱਜੇ ਪੈਰ ਤੇ ਜ਼ਿਆਦਾ ਜਾਂ ਐ ਖੜਾ ਜ ਸੱਜੇ ਪੈਰ ਤੇ ਜੀ ਤੇ ਜਾਂ ਸੱਜੇ ਪੈਰ ਨੂੰ ਮੁੱਖ ਰੱਖ ਕੇ ਜਿਆਦਾ ਤੁਰ ਹੁਣ ਮੈਂ ਖੜਾ ਹਾਂ ਮੈਨੂੰ ਨਹੀਂ ਪਤਾ ਵੀ ਹੁਣ ਆਪਾਂ ਤੁਰਨ ਵੇਲੇ ਕਿਹੜਾ ਮੈਂ ਕੁਦਰਤੀਆਂ ਖੱਬਾ ਪੈਰ ਪਹਿਲਾਂ ਚੱਕ ਲਿਆ ਜੀ ਤੇ ਤੁਰ ਤੱਕ ਕੋਈ ਤੁਰਿਆ ਜਾਊ ਜੀ ਮੇਰਾ ਭਾਰ ਵਧ ਹੀ ਜਾਊਗਾ ਮੈਂ ਪਹਿਲਾਂ ਹੀ ਮੋਟਾ ਹਾਂ ਤੇ ਮੈਂ ਆਪਦਾ ਭਾਰ ਘਟਾਉਣਾ ਹੈ ਤਾਂ ਤੁਰਨ ਵੇਲੇ ਮੈਂ ਖਿਆਲ ਰੱਖੂ ਕਿ ਮੈਂ ਸੱਜਾ ਪੈਰ ਪਹਿਲਾਂ ਸੱਜਾ ਅੱਗੇ ਚੱਕਾਂ ਜੀ ਤਾਂ ਮੋਟੇ ਬੰਦੇ ਨੂੰ ਸੀ ਕਹਿੰਨੇ ਭਾਈ ਤੁਸੀਂ ਜਦੋਂ ਵੀ ਤੁਰਨਾ ਸੱਜਾ ਪੈਰ ਪਹਿਲਾਂ ਚੱਕ ਕੇ ਤੁਰਨਾ ਜੀ ਜਿਹੜੇ ਬੰਦੇ ਪਤਲੇ ਐ ਉਹ ਭજન ਵਧਾਉਣਾ ਚਾਹੁੰਦੇ ਐ ਅਸੀਂ ਕਹਿੰਨੇ ਭਾਈ ਤੂੰ ਖੱਬਾ ਪੈਰ ਪਹਿਲਾਂ ਚੱਕ ਲਾ ਮੰਨ ਲਓ ਜੇ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਐ ਜੀ ਗਲੇ ਚ ਬਿਮਾਰੀਆਂ ਹੁੰਦੀਆਂ ਜੀ ਅਸੀਂ ਕਹਾਂਗੇ ਬਾਬਾ ਤੂੰ ਸੱਜਾ ਪੈਰ ਪਹਿਲਾਂ ਚੱਕ ਕੇ ਤੁਰ ਨਾ ਗਲੇ ਤੱਕ ਦਾ ਸੰਬੰਧ ਹੈ ਤੁਰਨਾ ਦਿਮਾਗ ਨਾਲ ਸੰਬੰਧ ਹੈ ਜੀ ਦਿਮਾਗ ਦੀਆਂ 72 ਕਰੋੜ 72 ਹਜ਼ਾਰ ਨਾੜਾਂ ਹੁੰਦੀਆਂ ਉਹ ਪੈਰਾਂ ਨਾਲ ਹੀ ਜੁੜੀਆਂ ਹੋਈਆਂ ਹਨ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਾ ਸੀ ਮੰਨ ਲਓ ਮੈਂ ਨੰਗੇ ਪੈਰੀ ਤੁਰਦਾ ਜੀ ਤਾਂ ਨੰਗੇ ਪੈਰੀ ਤੁਰਨ ਨਾਲ ਜਿਹੜੀਆਂ 72 ਹਜ਼ਾਰ ਨਾੜਾਂ ਮੇਰੇ ਦੰਪੈਰ ਪੈਰਾਂ 'ਚ ਹੈ ਉਹ ਦਿਮਾਗ ਨਾਲ ਵੀ ਜੁੜੀਆਂ ਹੋਈਆਂ ਜੀ ਤੇ ਨੰਗੇ ਪੈਰ ਤੁਰਨ ਨਾਲ ਮੇਰਾ ਧਰਤੀ ਦੇ ਉੱਤੇ ਪੂਰਾ ਪ੍ਰੈਸ਼ਰ ਹੋ ਜੂ ਜਿੰਨੀਆਂ ਮੇਰੀਆਂ ਨਾੜਾਂ ਪੈਰਾਂ ਦੇ ਵਿੱਚ ਹੈ ਉਹ ਸਾਰੀਆਂ ਦਬੀਆਂ ਜਾਣੀਆਂ ਆਕੂ ਪ੍ਰੈਸ਼ਰ ਹੋ ਜੂਗਾ ਉਹਦੇ ਨਾਲ ਹੀ ਦਿਮਾਗ ਦੀਆਂ ਨਾੜਾਂ ਮਜ਼ਬੂਤ ਹੋ ਗਈਆਂ ਜੀ ਤੇ ਦਿਮਾਗ ਸਾਰੇ ਸਰੀਰ ਨਾਲ ਜੁੜਿਆ ਹੋਇਆ ਹੈ ਕੱਲਾ ਪੈਰਾਂ ਦੇ ਕੰਮ ਤੇ ਨੰਗੇ ਪੈਰੀ ਤੁਰਨਾ ਕਿੱਥੇ ਚਾਹੀਦੇ ਮਿੱਟੀ ਤੇ ਘਾਹ ਤੇ ਦੇਖੋ ਸਭ ਤੋਂ ਜ਼ਿਆਦਾ ਚੰਗਾ ਹੁੰਦਾ ਹੈ ਕਿ ਉਹ ਮਿੱਟੀ ਤੇ ਤੁਰੇ ਜੀ ਕਿਉਂਕਿ ਮਿੱਟੀ ਦੇ ਵਿੱਚੋਂ ਸਾਰੇ ਤੱਤ ਹੁੰਦੇ ਆ ਜਿਹੜੇ ਸਾਡੇ ਸਰੀਰ ਦੇ ਵਿੱਚ ਹੁੰਦੇ ਆ ਇਸੇ ਕਰਕੇ ਬਾਣੀ ਦੇ ਵਿੱਚ ਵੀ ਮਿੱਟੀ ਨੂੰ ਧਰਤੀ ਮਾਤਾ ਕਿਹਾ ਗਿਆ ਹੈ ਜੇ ਸਿੱਖ ਧਰਮ ਨੂੰ ਮੰਨਿਏ ਤਾਂ ਸਾਫ਼ ਲਿਖਿਆ ਹੋਇਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਮਿੱਟੀ ਨੂੰ ਮਾਤਾ ਦਾ ਦਰਜਾ ਦਿੱਤਾ ਜੀ ماں ਜਨਮ ਦੇਂਦੀ ਹੁੰਦੀ ਹੈ ਤੇ ਆਪਾਂ ਜੋ ਵੀ ਚੀਜ਼ ਖਾਣੇ ਪੀਣੇ ਆ ਉਹ ਧਰਤੀ ਦੀ ਹਿੱਕ ਚੋਂ ਆਉਂਦਾ ਹੈ ਮੇਰੇ ਆ ਕੱਪੜੇ ਪਾਏ ਇਹਦਾ ਮਟੀਰੀਅਲ ਵੀ ਧਰਤੀ ਚੋਂ ਹੈ ਜੀ ਪਾਣੀ ਪੀਣੇ ਉਹ ਵੀ ਧਰਤੀ ਚੋਂ ਹੈ ਆ ਪਰਮਾਤਮਾ ਦੀ ਦਿੱਤੀ ਹੋਈ ਧਰਤਾਂ ਦੀ ਜਿਹੜੀ ਹਵਾ ਲੈ ਰਹੇ ਆ ਜੀ ਤੇ ਧਰਤੀ ਵੀ ਤਾਂ ਸਾਰੀ ਖਰਾਕ ਮਿੱਟੀ ਚੋਂ ਹੀ ਲੈਂਦੇ ਆ ਨਾ ਜੀ ਇਸ ਕਰਕੇ ਮਿੱਟੀ ਦਾ ਬਹੁਤ ਮਹੱਤਵ ਹੁੰਦਾ ਹੈ ਅਗਰ ਆਪਾਂ ਉਹੀ ਮਿੱਟੀ ਅਨੇਕਾਂ ਟਰੰਗ ਮਿੱਟੀ ਦੇ ਬਰਤਨ ਦੇ ਇੱਥੇ ਸਿੱਦਾਖਨ ਮਰੀਜ਼ਾਂ ਨੂੰ ਤਾਂ ਮਿੱਟੀ ਨਾਲ ਹੀ ਇਲਾਜ ਕਰਦੇ ਆ ਪਰ ਸੋਡਾ ਟੌਪਿਕ ਹੈ ਮਿੱਟੀ ਦੇ ਤੁਰਨ ਦਾ ਤਾਂ ਸਾਰਾ ਨ ਸਿੱਖਿਆ ਹੀ ਦਿੱਤੀ ਜਾਂਦੀ ਹੈ ਕਿ ਤੁਰਨ ਵੇਲੇ ਮਿੱਟੀ ਤੇ 40 ਮਿੰਟ ਰੋਜ਼ ਤੁਰੋ ਤਾਂ ਕਿ ਮਿੱਟੀ ਦੇ ਸਾਰੇ ਚੁੰਬਕੀ ਕਰੰਟ ਤੇ ਸਾਰੇ ਤੱਤ ਸਾਡੇ ਪੈਰਾਂ ਦੇ ਰਾਈ ਹੋ ਕੇ ਖੂਨ ਤੇ ਦਿਮਾਗ ਦੀਆਂ ਨਾੜਾਂ ਨੂੰ ਮਜ਼ਬੂਤੀ ਚ ਹੁੰਦੀ ਹੈ ਇੱਕ ਜਿਹੜਾ ਇਹ ਗੋਡਿਆਂ ਦਾ ਕਹਿੰਦੇ ਗਰੀਸ ਮੁੱਕ ਗਿਆ ਹੂੰ ਇਹ ਵੀ ਮਤਲਬ ਇਹ ਤੁਰਨ ਦੇ ਤਰੀਕੇ ਨਾਲ ਹੀ ਹੁੰਦਾ ਸਾਰਾ ਦੇਖੋ ਗਰੀਸ ਮੁਕਣਾ ਉਹਦਾ ਸਬੰਧ ਖਰਾਕ ਨਾਲ ਹੁੰਦਾ ਹੈ ਜੀ ਤੇ ਤੁਰਨ ਨਾਲ ਵੀ ਸਬੰਧ ਹੁੰਦਾ ਹੈ ਕਿਉਂਕਿ ਕੋਡੇ ਦੁਖਦੇ ਹੁੰਦੇ ਹੈਗੇ ਕਿਉਂ ਕਹਿੰਦਾ ਤੁਰਿਆ ਨਹੀਂ ਜਾਂਦਾ ਭਾਈ ਮੈਥੋਂ ਤਾਂ ਇੱਕ ਤਾਂ ਜਿਹੜੇ ਬੰਦੇ ਤੁਰਦੇ ਘੱਟ ਹੈ ਉਹਨਾਂ ਦੇ ਕੋਡੇ ਜ਼ਿਆਦੇ ਦੁਖਣਗੇ ਜੀ ਇੱਕ ਬੰਦਾ ਤੁਰਦਾ ਹੈ ਉਹਦੇ ਕੋਡੇ ਘੱਟ ਦੁਖਣਗੇ ਚਾਰ ਹੱਡੀਆਂ ਦਾ ਜੁੜ ਕੇ ਕੋਟਾ ਬਣਦਾ ਜੀ ਪੰਜਵੀਂ ਉਹਦੇ ਚੱਪਣੀ ਹੋ ਜਾਂਦੀ ਹੈ ਜੀ ਇਹ ਹੱਡੀਆਂ ਇੱਕ ਦੂਜੇ ਦੇ ਨਾਲ ਰਗੜਾ ਨਾ ਖਾਣ ਤਾਂ ਆਪਣੇ ਦੇ ਵਿੱਚ ਗਰੀਸ ਭਰਤਾ ਅਸੀਂ ਉਹਨੂੰ ਸਾਈਨੋਵিয়াল ਫਲੂਇਡ ਕਹਿੰਦੇ ਆ ਜੀ ਅਗਰ ਉਹ ਗ੍ਰੀਸ ਪਤਲਾ ਹੈ ਜਿਆਦਾ ਹੈ ਤਾਂ ਤੁਰਨ ਵੇਲੇ ਗੋਡੇ ਦੀਆਂ ਜਿਹੜੀਆਂ ਚਾਰੇ ਹੱਡੀਆਂ ਇਹ ਇੱਕ ਦੂਜੇ ਨਾਲ ਟੱਕਰ ਨਹੀਂ ਖਾਂਦੀਆਂ ਰਗੜਾ ਨਹੀਂ ਪੈਂਦੀਆਂ ਬੰਦਾ ਆਰਾਮ ਨਾਲ ਤੁਰਿਆ ਫਿਰਦਾ ਜਦੋਂ ਇਹ ਗ੍ਰੀਸ ਸੁੱਕ ਜੇ ਜਾਂ ਮੱਚ ਜੇ ਉਦੋਂ ਆਪਣੇ ਦੇਖ ਲਓ ਵੀ ਗੱਡੀ ਦੇ ਕੀਲ ਦੇ ਵਿੱਚ ਜਦੋਂ ਗ੍ਰੀਸ ਮੁੱਕ ਜਾਂਦਾ ਤਾਂ ਕੀਲ ਇੱਕ ਦੂਜੇ ਨਾਲ ਅੜਕਦੇ ਕੀ ਕਰਦੇ ਹੁੰਦੇ ਹੋਰੀ ਹੋ ਜਾਂਦੇ ਹੋਰੀ ਹੋ ਜਾਂਦੇ ਇਹ ਤਰ੍ਹਾਂ ਸਾਡੇ ਗੋਡੇ ਵੀ ਹੋਰ ਹੋ ਜਾਂਦੇ ਆ ਚਾਰ ਹੱਡੀਆਂ ਜੁੜ ਕੇ ਕੋਟਾ ਬਣਾ ਹੁੰਦਾ ਹੈ ਗਰੀਸ ਹੈ ਨਹੀਂ ਚੱਲਣ ਵਾਸਤੇ ਸਾਨੂੰ ਮਜਬੂਰੀ ਹੁੰਦੀ ਆ ਤਾਂ ਹੱਡੀਆਂ ਗੋਡਿਆਂ ਦੀਆਂ ਇੱਕ ਦੂਜੇ 'ਚ ਵੱਜਦੀਆਂ ਉਹ ਕਲਕ ਕਲਕ ਦੀਆਂ ਆਵਾਜ਼ੀਆਂ ਤੁਰਨ ਹੋ ਰਿਹਾ ਜਾਂਦੇ ਆ ਤਾਂ ਇਹਦੇ ਅਨੇਕਾ ਕਾਰਨ ਹੈ ਇੱਕ ਤਾਂ ਇਹ ਕਿ ਆਪਾਂ ਤੁਰਦੇ ਹੀ ਨਹੀਂ ਜੀ ਦੂਜਾ ਉੱਪਰ ਦੀ ਭਜਨ ਵਧਾ ਲਿਆ ਤੇ ਜੇ ਤੁਰਦੇ ਆ ਤਾਂ ਬਹੁਤ ਘਾਟੋ ਵੀ ਗਲਤ ਟੰਗ ਨਾਲ ਬਾਕੀ ਖਰਾਕਾਂ ਇਸ ਤੋਂ ਦੀਆਂ ਮਾੜੀਆਂ ਖਾਣੇ ਆ ਜੇ ਜੜਾ ਉਹ ਗਰੀਸ ਹੈ ਉਹ ਬਲ ਨੂੰ ਹੀ ਹਟ ਜਾਂਦਾ ਹੈ ਅਸੀਂ ਕਹਿੰਦੇ ਤੇਰਾ ਗਰੀਸ ਸੁੱਕ ਗਿਆ ਜੀ ਤੁਸੀਂ ਕਹੀ ਦਿੱਤਾ ਵੀ ਤੁਰਨਾ ਜ਼ਰੂਰੀ ਹੈ ਉਹਦੇ ਨਾਲ ਮਤਲਬ ਗੋਡਿਆਂ ਤੋਂ ਨਹੀਂ ਹੁੰਦੀ ਕੋਈ ਦਿੱਕਤ ਦੇਖੋ ਮੈਂ ਸ਼ਾਰਟਕਟ ਬੋਲ ਦਿੰਦਾ ਪਹਿਲੀ ਗੱਲ ਤਾਂ ਹਰ ਬੰਦੇ ਨੂੰ ਤੁਰਨਾ ਚਾਹੀਦਾ ਜਿਸ ਨੇ ਲੰਬੀ ਉਮਰ ਭੋਗਣੀ ਹੈ ਜੀ ਜੇ ਉਹਨੂੰ ਕੋਈ ਬਿਮਾਰੀ ਹੈ ਤਾਂ ਬਿਮਾਰੀਆਂ ਦਾ ਹੱਲ ਵੀ ਕੋ ਤੁਰਨ ਚਾ ਆ ਜਾਂਦਾ ਜੀ ਜੇ ਉਹਨੂੰ ਕੋਈ ਬਿਮਾਰੀ ਨਹੀਂ ਉਹਨੇ ਮਰਦੇ ਜੰਮ ਤੱਕ ਤੰਦਰੁਸਤ ਰਹਿਣਾ ਜੀ ਤਾਂ ਤਾਂ ਵੀ ਤੁਰਨਾ ਜ਼ਰੂਰੀ ਆ ਰੱਬ ਨੇ ਪੈਰ ਲਾਈ ਇਸ ਵਾਸਤੇ ਤਾਂ ਤੁਰਨ ਦਾ ਤਰੀਕਾ ਸਹੀ ਕਿਹੜਾ ਜੀ ਸਭ ਤੋਂ ਸਹੀ ਤਰੀਕਾ ਤੇ ਆ ਵੀ ਦਿਨ ਚ ਘੱਟੋ ਘਟਦਾ ਘੰਟਾ ਪੌਣਾ ਘੰਟਾ ਹਰ ਬੰਦੇ ਨੂੰ ਨੰਗੇ ਪੈਰੀ ਤੁਰਨਾ ਚਾਹੀਦਾ ਮਿੱਟੀ ਤੇ ਜੀ ਦੂਸਰਾ ਹੁੰਦਾ ਵੀ ਅਗਰ ਮਿੱਟੀ ਨਹੀਂ ਹੈ ਕਿਸੇ ਕਾਰਨ ਕਰਕੇ ਤਾਂ ਘਾਹ ਤੇ ਤੁਰ ਲਈ ਜੀ ਤੀਜਾ ਹੁੰਦਾ ਬਾਬਾ ਤੁਰੋ ਤੋ ਸਹੀ ਕਿਤੇ ਵੀ ਤੁਰੋ ਇਸ ਲਈ ਜਦੋਂ ਵੀ ਤੁਰਨਾ ਉਹਦਾ ਮੂੰਹ ਬੰਦ ਹੋਵੇ ਦੇਨੇ ਦਾ ਕੰਮ ਕਰਾਣ ਦੇ ਤੌਰ ਤੇ ਉਹ ਤਾਂ ਮੂੰਹ ਵੀ ਖੁੱਲੋਗਾ ਜੀ ਰੋਜੀ ਰੋਟੀ ਕਮਾਉਣੀ ਹੈ ਸਪੈਸ਼ਲੀ ਤੁਰਨ ਵੇਲੇ ਕਿ ਆ ਮੈਂ ਅੱਧਾ ਘੰਟਾ ਆਪਦੇ ਸਿਹਤ ਵਾਸਤੇ ਤੁਰਨਾ ਹੈ ਆਪਦੇ ਕਮਰੇ ਚ ਹੀ ਤੁਰਨਾ ਹੈ ਜਗਾ ਮੇਰੇ ਕੋਲੇ ਬਾਹਰ ਨਹੀਂ ਤਾਂ ਆਪਾਂ ਜ਼ਿਆਦਾਤਰ ਐਂ ਕੁੱਬੇ ਹੋ ਕੇ ਤੁਰਦੇ ਆਂ ਜੀ ਨਹੀਂ ਤੁਰਦੇ ਤਾਂ ਕੁੱਬ ਪੈ ਜਾਂਦਾ ਕਈ ਦੇਖਣ ਲੋਕਾਂ ਨੂੰ ਇਹ ਖੁੰਡੀਆਂ ਲੱਗੀਆਂ ਹੁੰਦੀਆਂ ਜੀ ਉਹ ਤੋਂ ਬਚਣ ਵਾਸਤੇ ਕੀ ਹੁੰਦਾ ਦੇਖੋ ਮੈਂ ਖੜਾ ਜੀ ਤਾਂ ਮੈਂ ਐਂ ਤੁਰੂੰਗਾ ਮਗਰ ਲੈ ਤਾਂ ਆਪਣੇ ਆਪ ਹੀ ਸੋਡੀ ਢੂਹੀਏ ਜਿਹੜੀ ਇਹ ਸਿੱਧੀ ਹੁੰਦੀ ਜਾਊਗੀ ਤੇ ਜਿਸ ਬੰਦੇ ਦੀ ਵੀ ਢੂਈ ਚ ਦਰਦ ਹੈ ਜਿਸ ਬੰਦੇ ਨੂੰ ਕਬ ਹੈ ਜਿਹਨੂੰ ਅਸੀਂ ਕਹਿੰਦੇ ਆ ਵੀ ਡਿਸਕਾਂ ਹਿੱਲ ਗਈਆਂ ਆਪਰੇਸ਼ਨ ਕਰਨੇ ਪੈਣਗੇ ਜੀ ਠੀਕ ਹੈ ਤਾਂ ਉਹਨੂੰ ਜਿੰਨਾ ਪਿੱਛੇ ਤੁਰ ਸਕੇ ਉਹ ਨਾਲੋਂ ਜ਼ਿਆਦਾ ਚੰਗਾ ਹੈ ਦੂਰ ਤੱਕ ਜਿੰਨਾ ਮਰਜ਼ੀ ਜਾਵੜੋ ਤਾਂ ਕੁਝ ਮਹੀਨੇ ਦੇ ਵਿੱਚ ਉਸ ਨੂੰ ਸਾਰੀਆਂ ਡਿਸਕਾਂ ਦੀ ਬਿਮਾਰੀ ਠੀਕ ਹੋ ਜੂ ਜਿੰਨੀਆਂ ਵੀ ਹੱਡੀਆਂ ਦੀ ਬਿਮਾਰੀ ਹੈ ਤਾਂ ਸਿਰ ਤੋਂ ਲੈ ਕੇ ਪੈਰ ਤੱਕ ਸਾਰੇ ਜੋੜ ਖੁੱਲ ਜਾਣਗੇ ਤਾਂ ਇਸ ਅੱਜ ਦੇ ਸ਼ੋਅ ਵਿੱਚ ਨਹੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਅਖਰ ਦੇ ਨਾਲ ਧੰਨਵਾਦ